बाद तारक पहलवान टीना नगरी का अजीत पहलवान जी इस कुश्ती रेफरी बन गए। सुखवंत भाजी खन्ने वाले पुजे ने बड़े धन्यवाद ने जो कि लोग सुरिंदर शाह जी पंजाबी मिले जो कि हेलो दूसरे पड़के की अरदास सरदार कान सिंह जी उन्होंने सपुत्र जीत सिंह जी ने करवाई है आंदा पड़का दूसरा वो परिवार देगा लख दाता पीर श्री गुरु अंगद देव जी चढ़दी कला रखण परिवार से मेरा भरिया सिर ते हाथ रखण वाहेगुरु जी का खालसा वाहेगुरु जी की फतेह अरदास प्रवान हो जाएगी। नरेंद्र भाजी आज लो कॉपी पहला पर्चा कितना लिखिए तो करो सम्मान करेगी मेजर पहलवान जी नामेवाल अखाड़ा मेजर पहलवान नामेवाल आने की केवल जी सारे खाने को जी माया की मन को गुरनाम सिंह जी मान किला दा 41 साल की बड़ी चंडी है जी वो आगे अपना सम्मान प्राप्त कर जी आगे अपना सम्मान प्राप्त कर जी गुरनाम सिंह जी मान 41,000 का जी बड़ी चंडी है उन्होंने बनो तो जो पटकी की सेवा करवाई गई है जी नंद भाई अगला सरदार गुरु नानक सिंह जी अगला सम्मान जी अमनदीप सिंह जी परिवार चेयरमैन हल्का नूरमहल 3100 जोगदारा जी चेयरमैन साहब
ਜਿਹੜਾ ਵੀ ਧਰਮਾਂ ਦੇ ਜੀ ਅਲੱਗ ਤਮਾਮ ਅਮਨਦੀਪ ਸਿੰਘ ਜੀ ਪ੍ਰਾਇਰ ਚੇਅਰਮੈਨ ਹਰ ਕਰੂਰ ਹੈ ਇਹਨਾਂ ਨੂੰ ਵੀ ਇਕੱਤੀ ਸਾਲ ਦੇ ਚੋਣਾਂ ਦੇ ਜੀ ਚੇਅਰਮੈਨ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਜੀ ਜਾਓ ਜੀ ਇਸ ਲੋਕਾਂ ਕਿਤੇ ਇੱਥੇ ਜਾ ਕੇ ਹੋ ਜਾਂਦੇ ਹਾਂ ਆਪਾਂ ਚੱਡੀਆਂ ਸ਼ੁਰੂ ਕਰਾਉਣੀਆਂ ਬਹੁਤ ਬਹੁਤ ਧੰਨਵਾਦ ਅਮਨਦੀਪ ਸਿੰਘ ਜੀ ਪ੍ਰਾਇਰ ਚੇਅਰਮੈਨ ਹਲਕਾ ਨੂਰ ਹੈ ਇਕੱਤੀ ਸਾਲ ਦੇ ਚੋਣਾਂ ਦੇ ਜੀ ਧੰਨਵਾਦ ਹੈ ਅਗਲਾ ਸਵਾਲ ਜੀ ਨਰਿੰਦਰ ਸਿੰਘ ਜੀ ਮਾਨ ਸੌਰਵ ਮਮਤਾ ਸਿੰਘ 41 ਸਾਲ ਦੇ ਜੋਗਦਾਰ ਜੀ ਧੰਨਵਾਦ ਹੈ ਜੀ ਆਓ ਆਪਣਾ ਆਪਣਾ ਸਵਾਲ ਪ੍ਰਾਪਤ ਕਰੋ ਜੀ ਨਰਿੰਦਰ ਸਿੰਘ ਜੀ ਮਾਨ ਹੈ ਹਾਂ ਜੀ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਪੂਰੇ ਪਰਿਵਾਰ ਦਾ ਤੁਸੀਂ ਵੱਡਾ ਮਾਨ ਕੀਤਾ ਇਸ ਸਿੱਖ ਮੇਲੇ ਦਾ ਉਹਨਾਂ ਕੋਲ ਪਰਿਵਾਰਕ ਮੈਂਬਰ ਹੋਵੇ ਆ ਕੇ ਆਪਣਾ ਸਨਮਾਨ ਜ਼ਰੂਰ ਪ੍ਰਾਪਤ ਕਰੋ ਜੀ 41 ਸਾਲ ਦੇ ਜੋਗਦਾਰ ਹੈ ਜੀ ਬਾਕੀ ਜਿਹੜੇ ਸਨਮਾਨ ਨੂੰ ਆਪਾਂ ਬਾਅਦ ਵਿੱਚ ਕਰਾਂਗੇ ਹੁਣ ਜਿਹੜੇ ਕੁਸ਼ਤੀਆਂ ਕਰਾਉਣ ਦੇ ਵਿੱਚ ਅੱਗੇ ਸ਼ੁਰੂ ਕਰਾਂਗੇ ਜਲਦੀ ਸਰਦਾਰ ਰਵਿੰਦਰ ਸਿੰਘ ਜੀ ਮਾਨ ਸਾਹਿਬ ਸੰਤਾ ਸਿੰਘ ਜੀ ਮਨਜੀਤ ਸਿੰਘ ਜੀ ਸਰਪੰਚ ਜਿਨ੍ਹਾਂ ਵੱਲੋਂ 11,000 ਦੇ ਜੋਗਦਾਰ ਹੈ ਜੀ ਸੁਸ਼ੀਲ ਜੀ ਦੇ ਵਾਸਤੇ ਮਨਜੀਤ ਸਿੰਘ ਜੀ ਸਰਪੰਚ ਕਰੋ ਜੀ ਸਨਮਾਨਿਤ ਜਿਨ੍ਹਾਂ ਵੱਲੋਂ 11,000 ਦੇ ਜੋਗਦਾਰ ਹੈ ਜੀ ਆਓ ਜੀ ਮਨਜੀਤ ਸਿੰਘ ਜੀ ਸਰਪੰਚ ਸਾਹਿਬ ਆਪਣਾ ਸਨਮਾਨ ਪ੍ਰਾਪਤ ਕਰ ਰਹੇ ਜੀ ਹਰਦੇਵ ਸਿੰਘ ਜੀ ਲਾਗੀ ਸ਼ੁਰੂ ਹੋਈ ਹੈ ਸਾਹਿਬ ਦਾ ਸਨਮਾਨ ਕਰਨਗੇ ਦੋਨੋਂ ਗ੍ਰਾਮ ਪੰਚਾਇਤਾਂ ਉਹ ਤੋਂ ਅਤੇ ਬਲੰਦਾ ਤੇ ਨਾਲ ਹੀ ਸ਼ਿੰਦ ਕਮੇਟੀ ਪਿੰਡ ਉਹ ਤੋਂ ਵਾਲਾ ਬਲੰਦਾ ਸਾਡੇ ਅੱਗੇ ਬਸ ਮਹਿਮਾਨ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਹੈ ਮੁਕਾਬਲਾ ਦੋ ਮੁਕਾਬਲੇ ਚੱਲਦੇ ਸਾਡੇ ਵੀਰ ਦਾ ਵਿਸ਼ੇਸ਼ ਯੋਗਦਾਨ ਹੈ 1100 ਰੁਪਏ ਦਾ ਯੋਗਦਾਨ ਹੈ ਮਨਜੀਤ ਸਿੰਘ ਜੀ ਨੰਬਰ ਦਾ ਉਹਦੇ ਇਸਤੇਮਾਲ ਕਰੋ ਜੀ ਮਨਜੀਤ ਸਿੰਘ ਜੀ ਨੰਬਰ ਦਾ ਹਾਂ ਜੁਗਾ ਤੇ ਬੋਬੀ ਆਉਣੀ ਇੱਕ ਬੰਨੇ ਕਹਿੰਦੇ ਵੀ ਬੋਬੀ ਖੰਨੇ ਵਾਲਾ ਸੁਰਿੰਦਰ ਭਵਾਨੀ ਤੇ ਮਜੀਦੇ ਪਹਿਲਵਾਨ ਦਾ ਪੱਕਾ ਜਿਹੜੀ ਕੁਸ਼ਤੀ ਸਾਡੇ ਐਮਐਲਏ ਸਾਹਿਬ ਸਰਦਾਰ ਹਰਦੇਵ ਸਿੰਘ ਜੀ ਲਾਗੀ ਸ਼ੁਰੂ ਹੋਈ ਆ ਤੇ ਨਾਲ ਸਮੂਹ ਲਗਾ ਰਿਹਾ ਸੀ ਸ਼ੁਰੂ ਅਗਲਾ ਸਨਮਾਨ ਰਾਜਾ ਸਰਪੰਚ ਸਾਡੇ ਵੀਰ ਅਗਲਾ ਸਨਮਾਨ ਠੀਕ ਹੈ ਆ ਬਾਕੀ ਰੱਖ ਲਓ ਜੀ ਬਸ ਬਾਅਦ ਸਨਮਾਨ ਕਰ ਲੈਂਦੇ ਆ ਸੋ ਸਾਡੇ ਮੰਚ ਤੇ ਬਰਾਜਮਾਨ ਹੋਣ ਸਾਡੇ ਅੱਜ ਦੇ ਮੁੱਖ ਮਹਿਮਾਨ ਉਹਨਾਂ ਨਾਲ ਜਿਹਨਾਂ ਦੀ ਸੀਨੀਅਰ ਲੀਡਰਸ਼ਿਪ ਪੁੱਜੀ ਹੈ ਸਾਰਿਆਂ ਦਾ ਧੰਨਵਾਦ ਉਹਦੇ ਜਸਵੀਰ ਵੀਰ ਦੇ ਵੀਰ ਦਾ ਵੀ ਧੰਨਵਾਦ ਗੁਰੂ ਕੇ ਲੱਗਣਾ ਦੀ ਵੱਡੀ ਸੇਵਾ ਜਸਵੀਰ ਵੀਰ ਦਾ ਵੀ ਧੰਨਵਾਦ ਹੈ ਬੰਦੇ ਵਾਲੇ ਸਾਡੇ ਸਾਰਾ ਬਹੁਤ ਬਹੁਤ ਧੰਨਵਾਦ ਮੈਂ ਵੀ ਦੁਨੀਆਂ ਕੁਸ਼ਤੀਆਂ